वाहेगुरु जी का खालसा वाहेगुरु जी की फतेह। तुम देख रहे हैं दीप दमन टीवी चैनल। अज पंताली के पहुंचे जो कि साडे हलके दे एमएलए साहब इतने पहुंचे हुए हैं। भाई जी सब तो पहला स्वागत है साडे दीप दमन टीवी चैनल। धन्यवाद जी, बहुत बहुत थोड़ा धन्यवाद। अज किवें पहुंचे हैं इतने तुसीं? अज इतने फिरनी इंटरलॉक टाइलों का उद्घाटन करना सी। कोई 70 लाख रुपए का काम है जिहड़ा पिंड दी डिवेलपमेंट जिहड़ी सारे फिरनी दे उत्ते इंटरलॉक लगनी, कुछ गलियां दे विच लगनी। पूरे इलाके दे किवें काम पैंदे चल रहे अज्ज? बहुत वधिया काम चल रहा जी। हुण कहिंदे ने ना कि गड्डी लई ते आ रही है, हौले हौले बड़ी बड़ी मुशक्कत तो बाद गड्डी लई ते आई है। और हुण हर पिंड दे विच तकरीबन हर नगर दे विच जिहड़े डिवेलपमेंट दे काम चल रहे। ਹਸਪੀਟਲਾਂ ਦੀ ਵੈਸੇ ਤੁਸੀਂ ਗੱਲ ਕਰ ਰਹੇ ਹਾਂ ਕਿ ਸੀਐਮ ਸਾਹਿਬ ਆ ਰਹੇ ਆ, ਵੈਸੇ ਅੱਜ ਹਸਪੀਟਲਾਂ ਦੇ ਵਿੱਚ ਜਾਂਦੇ ਆ ਆਪਾਂ ਤੇ ਉੱਥੇ ਲੋਕਾਂ ਦਾ ਜਿਹੜਾ ਬਹੁਤ ਬੁਰਾ ਹਾਲ ਆ, ਕਿਸੇ ਤੁਸੀਂ ਗੇੜਾ ਮਾਰਿਆ ਕਦੇ? ਬਿਲਕੁਲ, ਮੈਂ ਪਿਛਲੇ ਦਿਨਾਂ 'ਚ ਹਸਪੀਟਲ ਗਈ ਸੀ, ਨਕੋਦਰ ਸਿਵਲ ਹਸਪੀਟਲ ਗਈ ਸੀ, ਜਿੱਥੇ ਦਵਾਈਆਂ ਦੀ ਕੁਛ ਦਿੱਕਤ ਸੀ, ਹੋਰ ਕੋਈ ਖਾਸ ਦਿੱਕਤ ਉੱਥੇ ਹੈ ਨਹੀਂ ਸੀ। ਦਵਾਈਆਂ ਜਿਹੜੀਆਂ ਉਹ ਸਾਰੀਆਂ ਦਵਾਈਆਂ ਅੰਦਰੋਂ ਨਹੀਂ ਦਿੱਤੀਆਂ ਜਾ ਰਹੀਆਂ ਜਿਹੜੀਆਂ ਸਰਕਾਰੀ ਤੌਰ ਤੇ। ਤਕਰੀਬਨ 250 ਮੈਡੀਸਨ ਜਿਹੜੀ ਆ ਉਹ ਸਰਕਾਰੀ ਹਸਪੀਟਲ ਦੇ ਵਿੱਚ ਅਵੇਲੇਬਲ ਹੁੰਦੀ ਆ। और सरकार तो पता लिया गया सी भी किसी किस्म की कोई शॉर्टेज नहीं, पर बहुत सारिया दवाइया डॉक्टर जिहड़े बाहरों लिख के दे रहे सी, उहदी सिर्फ उही एक दिक्कत सी, अदरवाइज उत्थे सारा कुछ ठीक ठाक सी। और कल मैं नूरमहल दा हॉस्पिटल विजिट किया सी, स्टाफ की कुछ शॉर्टेज है पर उत्थे मेडिसिन सब नूं बकायदा मिलदियां है, किसी ने कोई शिकायत नहीं की। कुछ सफाई कर्मचारी घट ने उत्थे जिहदा करके सफाई की कोई दिक्कत सी, वह भी कल सॉर्ट आउट कर लिया गया। और मेरे ख्याल मेरे हल्के के हॉस्पिटल तकरीबन सारे ठीक ने, और उहदे नाल नाल जिहड़ा आम आदमी क्लीनिक खुले हुए ने, डिस्पेंसरियां चल रही ਵਧੀਆ ਚੱਲ ਰਿਹਾ ਜੀ ਸਾਰਾ, ਹੁਣ ਕੋਈ ਦਿੱਕਤ ਨਹੀਂ। ਜਿਵੇਂ ਤੁਸੀਂ ਬਹੁਤ ਵਧੀਆ ਨਕੋਦਰ ਦੇ ਵਿੱਚ ਸੜਕਾਂ ਵੀ ਨਵੀਆਂ ਬਣ ਰਹੀਆਂ, ਜਿਵੇਂ ਇੱਕ ਮਾਲੜੀ ਸਾਹਿਬ ਨੂੰ ਜਾਂਦੀ ਹੈ ਸੜਕ ਨਕੋਦਰ ਤੋਂ ਲੈ ਕਰਕੇ ਤੁਸੀਂ ਨਵੀਂ ਬਣਾਈ ਹੋਈ ਹੈ, ਹੁਣ ਲੋਕੀ ਉੱਥੇ ਪੱਟੀ ਜਾ ਰਹੇ, ਉਹਨਾਂ ਵਾਸਤੇ ਕਾਰਵਾਈ ਹੈਗੀ ਜਾਂ ਕੋਈ ਜਾ ਕੇ ਦੇਖੋ ਤੁਸੀਂ? ਕਿਉਂ ਪੱਟੀ ਜਾ ਰਹੀ ਹੈ ਮੈਂ ਉਹਦੇ ਬਾਰੇ ਪਤਾ ਲੈ ਲੂੰਗੀ, ਮੇਰੀ ਨੌਲੇਜ ਨਹੀਂ ਹੈ, ਮੈਂ ਤਾਂ ਨਵੀਆਂ ਬਣਾ ਰਹੀ ਹਾਂ, ਪੱਟਣ ਵਾਲਾ ਨਹੀਂ ਮੈਨੂੰ ਪਤਾ ਲੱਗਿਆ ਕਿ ਕਿਉਂ ਪੱਟੀ ਜਾ ਰਹੀ ਹੈ, ਉਹਦੇ ਬਾਰੇ ਮੈਂ ਪਤਾ ਮੰਗਵਾਉਂਦੀ ਹਾਂ ਕਿ ਕਿਉਂ। ਕੀ ਕਹਿਣਾ ਚਾਹੁੰਦੇ ਆਪਣੇ ਹਲਕੇ ਦੇ ਲੋਕਾਂ? बस मैं अपने हल्के में कहना चाहनी हाँ कि सारे जने अपनी भाईचारक सांझ बना के रखो, खुश रहो, डिवेलपमेंट हो रही है। साडे मानजोग सीएम साहब बहुत इतिहासक काम कर रहे हैं जिहदे नाल सारा पंजाब खुशहाल हो रहा, हर पद्धर ते कर रहे हैं, सारा पंजाब खुशहाल हो रहा। और असी जिहड़ा सपना देख के राजनीति दे विच इस टर्म दे विच पैर रखिया सी, एक रंगले पंजाब दा, असी हौली हौली अपने रंगले पंजाब वल वध। एक मैं तुहानू अपने तौर ते सवाल पुछना चाहुंदा भाई जी, तुसीं ਸਟੇਜ ਤੇ ਬੋਲਦੇ ਆ, ਤੁਹਾਡੀ ਬੋਲੀ ਦੇ ਵਿੱਚ ਇੱਕ ਕੰਬਣ ਵਾਲੀ ਗੱਲ ਹੁੰਦੀ ਆ ਕਿ ਤੁਸੀਂ ਕੋਰਸ ਕੀਤਾ ਕਿਸੇ ਦਾ, ਕਿਤਾ ਆਪਣੇ ਤੁਹਾਡੇ ਮਨੋਂ ਤਜਰਬਾ ਤੁਹਾਡੀ ਜ਼ਿੰਦਗੀ ਦਾ? ਨਹੀਂ, ਵੈਸੇ ਜ਼ਿੰਦਗੀ ਦੇ ਤਜਰਬੇ ਨੇ ਜੀ, ਕੋਰਸ ਤਾਂ ਉਹਨੇ ਕਾਮਯਾਬ ਨਹੀਂ ਹੁੰਦੇ ਜਿੰਨੇ ਤਜਰਬੇ ਕਾਮਯਾਬ ਹੁੰਦੇ ਆ। ਇਹ ਕੁਛ ਸਲੀਕਾ ਸ਼ੁਰੂ ਤੋਂ ਹੁੰਦਾ ਆ, ਕੁਛ ਤੁਹਾਡੇ ਅੰਦਾਜ਼ ਹੁੰਦਾ ਆ, ਕੁਛ ਪਰਿਵਾਰਾਂ ਦਾ, ਆਪਣੇ ਪਰਿਵਾਰਾਂ ਦੇ ਵਿੱਚ ਕਿਵੇਂ ਦੇ ਪਰਿਵਾਰ ਦੇ ਵਿੱਚ ਤੁਸੀਂ ਰਹਿੰਦੇ ਹੋ, ਉਹਨਾਂ ਦਾ ਬੋਲਚਾਲ ਕਿਵੇਂ ਦੀ ਆ, ਸਾਰਾ ਕੁਛ ਬਚਪਨ ਤੋਂ ਜੋ ਕੁਛ ਦੇਖਦੇ ਆ ਰਹੇ ਹਾਂ ਸਿੱਖਿਆ ਗਿਆ ਜੀ। ਥੈਂਕ ਯੂ ਜੀ। ਇਹ ਸਨ ਸਾਡੇ ਹਲਕੇ ਦੇ ਐਮਐਲਏ ਸਾਹਿਬ, ਜਿਨ੍ਹਾਂ ਨੇ ਕਿ ਬਹੁਤ ਵਧੀਆ ਇੱਥੇ ਪਿੰਡ ਟਾਲੀ ਦੇ ਵਿੱਚ ਪਹੁੰਚੇ ਹੋਏ ਨੇ, ਜੋ ਇੱਥੋਂ ਦਾ ਪਿੰਡ ਦਾ ਸਰਵਾ ਕੀਤਾ ਇਹਨਾਂ ਨੇ, ਔਰ ਪਿੰਡ ਦੇ ਵਿੱਚ ਦੇਖਿਆ ਕਿ ਕਿਵੇਂ ਦੇ ਪਿੰਡ ਦੇ ਜਿਹੜੇ ਕਾਰੋਬਾਰ, ਕਿੰਨੇ ਕੁ ਕੰਮ ਜਿਹੜੇ ਇੱਥੋਂ ਦੇ ਕਰਨ ਵਾਲੇ ਰਹਿੰਦੇ, ਕਿੰਨੇ ਕੁ ਹੋ ਚੁੱਕੇ ਆ। ਸਰਵਾ ਟਾਲੀ ਸਾਹਿਬ ਵੀ ਜੁੜੇ ਹੋਏ ਨੇ, ਟਾਲੀ ਸਾਹਿਬ ਅੱਜ ਐਮਐਲਏ ਸਾਹਿਬ ਆਏ ਨੇ, ਕੀ ਕਹਿਣਾ ਚਾਹੁੰਦੇ? ਬਹੁਤ ਖੁਸ਼ੀ ਆ ਜੀ, ਅੱਜ ਉਹਨਾਂ ਨੇ ਨੀਂਹ ਪੱਥਰ ਰੱਖਿਆ ਇੰਟਰਲੋਕ ਦਾ, ਅਤੇ ਮੇਰੀ ਛੋਟੀ ਭੈਣ ਆ, ਅਤੇ ਮੈਨੂੰ ਬਹੁਤ ਖੁਸ਼ੀ ਆ ਕਿ ਸਾਰਾ ਪ੍ਰੋਜੈਕਟ ਜਿਹੜਾ 70 ਲੱਖ ਦਾ ਜ਼ਿਲ੍ਹਾ ਪ੍ਰੀਸ਼ਦ ਚੋਂ ਮੈਨੂੰ ਇਹ ਮਾਣ ਹਾਸਲ ਹੈ, ਇਹ ਨਗਰ ਹੀ ਲਿਆਂਦਾ, ਅੱਜ ਉਹਨੇ ਕਰ ਕਮਲਾਂ ਦੇ ਨਾਲ ਅੱਜ ਉਹਦਾ ਨੀਂਹ ਪੱਥਰ। ਇਸ ਕੀ ਬਣਿਆ ਹੋਇਆ ਜੀ 70 ਲੱਖ ਦੇ ਵਿੱਚ, ਕੀ ਬਣਾ ਰਹੇ? ਪੂਰਾ ਪਿੰਡ ਇੰਟਰਲੋਕ ਤੇ ਸੀਵਰੇਜ ਦਾ ਹੈ। ਅੱਛਾ ਜੀ, ਇਹ ਛੱਪੜਾਂ ਦਾ ਕਾਫੀ ਕੰਮ ਰਹਿੰਦਾ ਤੁਹਾਡੇ ਹੁਣ? ਕੋਈ ਨਹੀਂ, ਉਹ ਵੀ ਹੋ ਜਾਣਾ ਜੀ, ਭੈਣ ਜੀ ਨਾਲ ਗੱਲ ਹੋਈ ਆ, ਹੋ ਜਾਣਾ ਉਹ ਵੀ ਕੰਮ, ਕਿਉਂਕਿ ਪਿੰਡਾਂ ਦੇ ਕੰਮ ਨਿਬੜਦੇ ਨਹੀਂ ਜੀ, ਜਿੰਨੀ ਮਰਜ਼ੀ ਡਿਵੈਲਪਮੈਂਟ ਕਰਾ ਲਓ ਪਿੰਡਾਂ ਦੇ ਕੰਮ ਨਹੀਂ ਹੋ। ਓਕੇ, ਹਾਂ ਜੀ, ਠੀਕ ਹੈ। ਇਹ ਸਨ ਜਿਵੇਂ ਨਗਰ ਦੇ ਆਪਣੇ ਸ਼ਰੀਕ ਨੇ, ਔਰ ਮਾਨ ਸਾਹਿਬ ਦੇ ਨਾਲ ਬਹੁਤ ਨਜ਼ਦੀਕੀ ਜੁੜੇ ਹੋਏ ਨੇ ਟਾਲੀ ਸਾਹਿਬ, ਸੋ ਬਹੁਤ ਵਧੀਆ ਜਿਹੜੇ ਕਿ ਪਿੰਡ ਦੇ ਵਿੱਚ ਜਿਹੜਾ ਸੁਧਾਰ ਹੋ ਰਿਹਾ, ਪਿੰਡ ਦੇ ਵਿੱਚ ਡਿਵੈਲਪਮੈਂਟ ਹੋ ਰਹੀ ਆ। ਤੁਸੀਂ ਦੇਖ ਰਹੇ ਹੋ ਦੀਪ ਦਮਨ ਟੀਵੀ ਚੈਨਲ, ਵੀਡੀਓ ਵੱਧ ਤੋਂ ਵੱਧ ਸ਼ੇਅਰ, ਚੈਨਲ ਨੂੰ ਸਬਸਕ੍ਰਾਈਬ ਕਰ ਤੇ ਲਾਈਕ ਕਰਨਾ ਨਾ ਭੁੱਲਿਓ। ਦਾਸ ਭਾਈ, ਗਗਨਦੀਪ ਸਿੰਘ ਕੈਮਰਾਮੈਨ, ਸੁਖਮਨਦੀਪ ਸਿੰਘ, ਰਜਿੰਦਰ ਸਿੰਘ ਨਾਲ ਦੇ ਨਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।